ਮੈਂ ਮੇਰੇ ਨਾਲ ਹੈ ਹਮਜ਼ਾ ਠੀਕ ਹੈ ਕੈਮਰਾਮੈਨ ਹਮਜ਼ਾ ਹੈ ਠੀਕ ਹੈ ਤੇ ਅਸੀਂ ਅੱਜ ਤੁਹਾਨੂੰ ਵਾਹਾਂਗੇ ਕਿ ਮਟਰ ਦੀ ਫਸਲ ਦਾ ਕੀ ਪ੍ਰੋਸੀਜਰ ਹੈ ਮਟਰ ਦੀ ਫਸਲ ਕਿਵੇਂ ਉਗਦੀ ਹੈ ਠੀਕ ਹੈ ਤੇ ਕਿਵੇਂ ਵੱਡੀ ਹੁੰਦੀ ਹੈ ਉਹਨੂੰ ਕਿੰਨੀਆਂ ਸਪਰੇਅ ਵਾਂ ਕਿੰਨੀਆਂ ਖਾਦਾ ਕਰੀਦੀਆਂ ਨੇ ਔਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਵਾਹਾਂਗੇ ਕਿ ਮਟਰ ਕਿਵੇਂ ਲੱਗਦਾ ਹੈ ਔਰ ਉਹਦਾ ਕਿੰਨਾ ਟਾਈਮ ਪੀਰੀਅਡ ਹੈ ਕਿ ਅਸੀਂ ਇਹਨੂੰ ਪੱਕਣ ਤੱਕ ਲੈ ਕੇ ਚਲੀਏ ਤੇ ਚਲੋ ਆਏ ਹਮ ਆਪਕੋ ਲੈ ਕੇ ਜਾਂਦੇ ਹਾਂ ਫਸਲ ਵਿੱਚ ਤੇ ਇਹ ਮੇਰੇ ਤੋਂ ਜ਼ਿਆਦਾ ਇਨਫੋਰਮੇਸ਼ਨ ਹਮਜ਼ਾ ਹਮਜ਼ਾ ਬਲਾਲ ਕੋਲ ਹੈ ਇਹ ਤੁਹਾਨੂੰ ਦੱਸੇਗਾ ਮਟਰ ਦੀ ਮੁਤਲਕ ਹੈ ਕਿ ਕੀ ਕਰਨਾ ਮਟਰ ਦਾ ਜੀ ਇਹ ਹੁਣ ਹਮਜ਼ਾ ਤੁਹਾਨੂੰ ਦੱਸੇਗਾ ਕਿ ਮਤਲਬ ਕੀ ਹੈ ਮਟਰ ਦੇ ਮੁਤਲਕ ਇਹ ਮਟਰ ਦਾ ਪੌਦਾ ਹੈ ਠੀਕ ਹੈ ਇਹ ਹਮਜ਼ਾ ਦੱਸੇਗਾ ਜੀ ਹਮਜ਼ਾ ਦੱਸੋ ਜੀ ਇਹ ਇਹ ਜਿਹੜਾ ਪੌਦਾ ਲੱਗਾ ਹੈ ਇਹ ਤਕਰੀਬਨ ਇਹ ਕਿੰਨੇ ਦਿਨਾਂ ਦਾ ਪੌਦਾ ਹੈ ਇਹ ਤਕਰੀਬਨ ਇਸ ਪੌਦੇ ਕੋ ਦੋ ਮਹੀਨੇ ਹੋ ਚੁਕੇ ਆ ਅੱਛਾ ਦੋ ਮਹੀਨੇ ਹੋ ਗਏ ਨੇ ਲੱਗੇ ਨੂੰ ਜੀ ਹਾਂ ਤੇ ਇਹ ਫੁੱਲ ਲੱਗਾ ਇੱਥੇ ਕੀ ਹੁੰਦਾ ਇਸ ਫੁੱਲ ਦੇ ਉੱਪਰ ਇਹ ਮਟਰ ਬਣਦਾ ਇਹ ਦੇਖ ਅੱਛਾ ਇਹ ਮਟਰ ਹੈ ਅੱਛਾ ਇਸ ਵਿੱਚ ਦਾਣਾ ਬਣਦਾ ਹੈ ਜੀ ਹਾਂ ਅਭੀ ਇਸ ਵਿੱਚ ਦਾਣਾ ਨਹੀਂ ਬਣਿਆ ਛੋਟਾ ਹੈ ਹਾਂ ਤਕਰੀਬਨ 10 20 ਦਿਨ ਦੇ ਅੰਦਰ ਨਾ ਦਾਣਾ ਆ ਜਾਏਗਾ ਇਸਕੇ ਅੰਦਰ ਅੱਛਾ ਤਾਂ ਇਸ ਫੁੱਲ ਕੋ ਮਟਰ ਕੀ ਛੇ ਵਿੱਚ ਬੰਨਤੇ ਮੈਂ ਤਕਰੀਬਨ 7-8 ਦਿਨ ਲੱਗ ਪੜਤੇ ਹਨ ਅੱਛਾ ਯਾਨੀ ਕਿ ਇਹ ਫੁੱਲ ਤੋਂ ਜਿਹੜਾ ਮਟਰ ਬੰਨਾ ਹੈ ਉਹਨੂੰ 7-8 ਦਿਨ ਲੱਗ ਜਾਣੇ ਆ ਜੀ ਹਾਂ ਠੀਕ ਹੈ ਔਰ ਇਸ ਤੋਂ ਬਾਅਦ ਇਹ ਜਿਹੜੀ ਖਾਦ ਖਾਦਾਂ ਕਿੰਨੀਆਂ ਕਪਾਈਆਂ ਨੇ ਇਹਨੂੰ खाद इसमें तकरीबन तीन चार बोरी यूरिया का इस्तेमाल किया जाता है अच्छा यूरिया ठीक है और डीएपी, डीएपी एक बोरी वो नीचे डालते हैं ठीक है तो चलें जैसा कि हमज़ा ने आपको सबको गाइड किया है ठीक है तो हम हाँ, आप लोगों ने एंजॉय किया हमारा ब्लॉग हमने आपको मटर के मतलब एंजॉय बताया है ठीक है तो हमज़ा अब आपका कोई पॉइंट ऑफ व्यू तो जी हाँ गाइज़ आपको मैंने जो भी मटर के बारे में इन्फॉर्मेशन बताई है उम्मीद करता हूँ कि आपको वो लाजमी पसंद आएगी अगर आपको पसंद आई है तो हमारे इस तरह और ब्लॉग देखने के लिए चैनल को सब्सक्राइब लाजमी करेगा मुझे दीजिए इजाज़त अल्लाह हाफिज़ थैंक यू सो मच